ਉਹ ਤੁਸੀਂ ਵੇਖੋ ਬਈ ਕੁਦਰਤੀ ਕੈਸੇ ਇੱਕ ਆਟੋਮੈਟਿਕ ਕੰਬਰ ਦੀ ਟੈਲ ਬਣ ਜਾਂਦੀ ਪੂਰੀ ਉਹ ਤਲੇ ਜਿਹੜੇ ਪੇਵਾ ਨਾ ਜੇ ਤੂੰ ਜ਼ੂਮ ਨਹੀਂ ਆਉਣਾਗਾ ਪੂਰੀਆਂ ਸਕੂਨ ਜਿਸ ਲੈਣਾ ਹੋਵੇ ਤਾਂ ਤੂੰ ਪੜੀਆਂ ਲੈ ਜਾਓ ਯੇ ਪੀਰ ਦਿਖਾ ਰਹੇ ਸੀ ਥੋੜ੍ਹਾ ਸਾ ਆਗੇ ਆਏ ਤੋ ਯਹਾਂ ਪੇ ਯੇ ਕਾਨਵਾ ਹੈ ਜਿਸ ਕਾਨ ਸੇ ਲੋਕ ਜਿਤਨਾ ਵੀ ਹੈ ਨਮਕ ਯਹਾਂ ਸੇ ਵੀ ਲੈ ਕੇ ਜਾਤੇ ਹੈ ਇਹ ਖਿਊੜਾ ਵਾਲੀ ਔਰ ਯਹਾਂ ਵੀ ਹੈ ਔਰ ਯੇ ਉਸਕੇ ਸਾਥ ਹੀ ਰੋਡ ਹੈ ਲੇਕਿਨ ਯੇ ਬਸ ਗਾੜੀਆਂ ਜੋ ਨਮਕ ਲੈ ਕੇ ਜਾਤੀ ਹੈ ਉਨਕੇ ਲੀਏ ਬਣਾ ਹੈ ਤੋ ਯੇ ਇੱਧਰ ਕੁਛ ਪੱਥਰ ਐਸਾ ਹੈ ਜੋ ਬਿਲਕੁਲ ਟਾਈਲਿੰਗ ਸੀ ਬਣੀ ਹੈ ਮੋਸਟਲੀ ਯਹਾਂ ਪੇ ਲੋਕ ਜੋ ਹਮਾਰੇ ਇਲਾਕੇ ਕੇ ਪਟਵਾਰ ਕੇ ਲੋਕ ਇਨਕੋ ਜੋ ਕਬਰ ਕੇ ਅੰਦਰ ਰੱਖਤੇ ਹੈ ਵੋ ਉਨਕੇ ਲੀਏ ਯੂਜ਼ ਕਰਤੇ ਹੈ ਤੋ ਵੋ ਸਾਰੀ ਇੱਧਰ ਸੇ ਬਣ ਕੇ ਜਾਤੀ ਹੈ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਉਹ ਤੋਂ ਹਾਈਟ ਹੈ ਇਹ ਗਹਿਰਾਈ ਕਿੰਨੀ ਹੈ ਗਹਿਰਾਈ ਹੈ ਗਹਿਰਾਈ ਹੈ ਹੁਣ ਤੁਸੀਂ ਗਹਿਰਾਈ ਵਿੱਚ ਵੇਖੋ ਉਹ ਕਿੰਨੀ ਹਾਈਟ ਹੈ ਪਾਣੀ ਉੱਦੀ ਪੈਂਦਾ ਪਿਆ ਸਾਰਾ ਹਾਈਟ ਹੈ ਪਰ ਜੇਕਰ ਪਾਣੀ ਦਾ ਵੇਖੋ ਵੀ ਕਿਸ ਤਰ੍ਹਾਂ ਜਾ ਰਿਹਾ ਜੀ ਪਾਣੀ ਮੈਂ ਅਸੀਂ ਕਿੰਨੀ ਵਾਰ ਇੱਥੇ ਆਇਆ ਨਾ ਵੇਖ ਵੇਖ ਕੇ ਹੈਰਾਨ ਹੋਇਆ ਲੇਵਰ ਵੀ ਰੱਖੇ ਨਾਲ ਕੇ ਚੈੱਕ ਵੀ ਕੀਤਾ ਅੱਗੋ ਹਾਈਟ ਹੈ ਹਾਈਟ ਹੈ ਪਾਣੀ ਜਾ ਰਿਹਾ ਕਿਸ ਤਰ੍ਹਾਂ ਜਾ ਰਿਹਾ ਦਰਅਸਲ ਗੱਲ ਹੈ ਪਾਣੀ ਇਹ ਜਿਹੜੀ ਇਹ ਹਿੱਸਾ ਨਾ ਹਾਂ ਇਹ ਹਵਾ ਗੁਜ਼ਰ ਰਹੀ ਹੈ ਹਵਾ ਦੀ ਵਜ੍ਹਾ ਤੋਂ ਹਵਾ ਦੇ ਜ਼ਮੀਨ ਨਾਲ ਮਿਲ ਗਿਆ ਜੀ ਇਹ ਗੱਲ ਮਿਲ ਗਿਆ ਪਾਣੀ ਦਾ ਹਾਲ ਕੀ ਦਾ ਕਿਉਂ ਹੈ ਕਿੰਨੀ ਹਵਾ ਹੈ ਕਿੰਨੀ ਵੇਗ ਸਪੀਡ ਹੈ ਹਵਾ ਵੇਗ ਨੂੰ ਇਹ ਪਾਣੀ ਚੜਾਈ ਕਿਉਂ ਚੱਲ ਰਿਹਾ ਪਿੱਛੋਂ ਹਵਾ ਲੈ ਕੇ ਜਾ ਹਵਾ ਦੇ ਦਬਾਅ ਹੈ ਹਵਾ ਦੀ ਸਪੀਡ ਦੇ ਨਾਲ ਇਹ ਅੱਗੇ ਜਾ ਰਿਹਾ ਪਾਣੀ ਠੀਕ ਠੀਕ ਹਾਂ ਮਾਈਂਡ ਦਾ ਸੋਲੂਸ਼ਨ ਮਿਲ ਗਿਆ ਪਾਣੀ ਕਿਉਂ ਚੜਾਈ ਹੋ ਕਿਉਂ ਚੜਾਈ ਚੜ ਰਿਹਾ ਹਾਂ ਇਹ ਤਾਂ ਹਵਾ ਦੀ ਕ੍ਰਾਸਿੰਗ ਹੈ ਦੂਆ ਪਹਿਲੇ ਪਹਾੜ ਹੈ ਨਾ ਵਿੱਚੋਂ ਹਵਾ ਗੁਜ਼ਰੀ ਇਸ ਰੁੱਖ ਜਾ ਰਹੇ ਇਸ ਕਿੱਥੋਂ ਆ ਰਹੀ ਖੁਸ਼ਾਬ ਤੋਂ ਹਵਾ ਆ ਰਹੀ ਨਹੀਂ ਨਹੀਂ ਖੁਸ਼ਾਬ ਖੁਸ਼ਾਬ ਇਸ ਸਾਈਡ ਖੁਸ਼ਾਬ ਹੈ ਨਾ ਮਾਈਨ ਆਫਿਸ ਨਹੀਂ ਚੱਲ ਰਹੀ ਇਹਦੇ ਟਰੱਕ ਆਉਂਦੇ ਪੈਣਾ ਟਰੱਕ ਜਿਹੜਾ ਆਉਂਦੇ ਪੈਣਾ ਅੰਦਰ ਤੁਸੀਂ ਵੇਖੋ ਤਾਂ ਅੰਦਰ ਕਿੰਨੇ ਰਾਹ ਨੇ ਮਾਈਨ ਹੀ ਨਾ ਅਸੀਂ ਤਾਂ ਤੋੜ ਅੰਦਰ ਗੱਡੀ ਖੜੀ ਨਾ ਜਿਸਲੇ ਸੌਣ ਦਾ ਮੌਸਮ ਹੁੰਦਾ ਨਾ ਬਕਾਇਦਾ ਹੈਲਮਟ ਸ਼ੈਲਮਟ ਪਵਾ ਕੇ ਨੁਕਸਾਨ ਸਾਡਾ ਹੁੰਦਾ ਵੀ ਅੰਦਰ ਜਾਈਏ ਨਾ ਅਤੇ ਇਹ ਪੱਥਰ ਡਾਂਦੇ ਪਏ ਉਹਨਾਂ ਨੇ ਉੱਤੋਂ ਇਨਸਾਨ ਦੀ ਜਾਨ ਦਾ ਖਤਰਾ ਹੁੰਦਾ ਇਸ ਵਜ੍ਹਾ ਤੋਂ ਅੰਦਰ ਜਾਣ ਤੋਂ ਉਹਨਾਂ ਮਨਾ ਕੀਤੇ ਆ ਵੀ ਤੁਸੀਂ ਅੰਦਰ ਨਾ ਜਾਓ ਆਪਣੀ ਜਾਨ ਨਾਲ ਨਾ ਖੇਡੋ ਚਲੇ ਜਾਈਏ ਤਾਂ ਆਪਣੀ ਜਾਨ ਦਾ ਨੁਕਸਾਨ ਹੈ ਹਾਂਜੀ ਇਹ ਨਮੀ ਹੁੰਦੀ ਹੈ ਨਮੀ ਦੀ ਵਜ੍ਹਾ ਤੁਸੀਂ ਵੇਖ ਰਹੇ ਪਾਣੀ ਵਿੱਚ ਆਉਂਦਾ ਪਿਆ ਵੇਖ ਰਹੇ ਤੁਸੀਂ ਵੇਖ ਸਕਦੇ ਪਾਣੀ ਤਲਾ ਰਿਹਾ ਇਹ ਵੇਖ ਰਹੇ ਇਹ ਸਾਰਾ ਉੱਤੇ ਹੁਣ ਚੋਂਦਾ ਪਿਆ ਚਕਵਾਲ ਵਾਲੀ ਜ਼ਬਾਨ ਇਸ ਬੰਦੇ ਸੀ ਇਹ ਚੋਂਦਾ ਪਿਆ ਹਾਂ ਵੇਖੇ ਨੇ ਕਿਹੜੇ ਬਣਾ ਇਹ ਸਾਰਾ ਨਮਕ ਭਾਵੇਂ ਜਿਬਾ ਬਿਮਾਰ ਕਾਨਾ ਵਿੱਚ ਉਹ ਗਏ ਨੇ ਤੋਹਫਾ ਤੋਹਫਾ ਵੱਡਾ ਵੱਟਾ ਲੈ ਲੈਣੇ ਇਹਨਾਂ ਤੋਂ ਇਹ ਲਓ ਬਰਾ
ਕਿਹੜਾ ਬਟਨ ਹੈ ਉਹਦਾ ਨਾ ਖਾਲੀ ਕਿਸੇ ਆਖਿਆ ਨਾ ਮੈਂ ਨਹੀਂ ਸਰ ਨਮਕ ਦੀ ਡੇਲੀ ਉਹ ਬੰਦੇ ਆਖਣ ਇਤਨੀ ਵੱਡੀ ਡੇਲੀ ਲਿਵ ਚੀਕੀ ਤੋਂ ਮੈਂ ਕਿ ਚਕਵਾਲ ਆ ਜਿਸ ਤੁਹਾਨੂੰ ਵੱਡੇ ਪਹਾੜ ਵੀ ਦੇ ਸਾਂ ਪੂਰੇ ਖੁਸ਼ਬੂ ਜੀ ਹੁੰਦੀ ਪੀ ਪਾਣੀ ਨਹੀਂ ਤਾਂ ਨਾਂਦੇ ਦੂਜੀ ਚੁੱਪੀ ਕਰਦੇ ਨਾਂਦੇ ਜਿਹੜਾ ਸਾਖਾਰ ਇਸ਼ਾਰੇ ਕੀ ਨਾ ਹੋਵੇ ਇਹੋ ਪਾਣੀ ਸਹੀ ਪੱਤੀ ਮੋਟੀ ਹੋਵੇ ਉਹ ਛਾਣ ਕੁੱਤੀ ਹੈ ਮੈਂ ਤਾਂ ਲੇਟ ਹੋ ਜੀ ਪਰ ਇੱਕ ਵਾਰੀ ਤੁਸੀਂ ਮੈਂ ਤਾਰੇ ਕਹਤੇ ਲੇਟ ਹੋਏ ਕੋਈ ਪਾਣੀ ਵਿੱਚ ਅਸ ਨਵਾਂ ਕਿਸਾਨ ਭਾਈ ਜਿਸ ਬਿਲਕੁਲ ਫੋਰਨ ਕਢਾਉਣੀ ਹੈ ਨਾ ਇਹ ਤਾਂ ਇੰਨਾ ਲੰਮਾ ਪੈਰ ਵੇ ਗੁਰ ਕਬਾਰ ਗੁਰ ਕਬਾਰ ਇਹ ਵਾ ਨਮਕ ਬਾਕੀ ਨਮਕ ਵਾਲਾ ਪਾਣੀ ਹੈ ਸਾਰਾ ਨਮਕ ਵਾਲਾ ਪਾਣੀ ਹੈ ਨਾ ਤਜ਼ਾਬ ਹੈ ਇਹ ਬੈਟਰੀ ਦੇ ਪਾਣੀ ਤੁਸੀਂ ਬਾਸ਼ੋ ਵਿੱਚ ਪਾ ਲਓ ਨਹੀਂ ਨਾ ਉਹ ਬੈਟਰੀ ਪਾਣੀ ਪਵਾਣਾ ਹੱਥ ਨਹੀਂ ਹੁਣ ਪਿੱਛੇ ਪਾਣੀ ਹੈ ਸਹੀ ਲੂਣਾ ਵਾਲਾ ਵੇ ਕੀੜੇ ਮਕੌੜੇ ਨੇ ਨਹੀਂ ਜੋ ਫੈਰ ਤੇ ਨੇ ਤੇ ਤਨ ਕੀੜੇ ਮਕੌੜੇ ਆ ਕੀੜੇ ਮਕੌੜੇ ਨਹੀਂ ਸੀ ਕੀੜਾ ਮਕੌੜਾ ਹੈ ਇਹ ਜਲਵਾਨ ਜੀ ਵੀ ਕਰੀ ਕਿਨੀਆਂ ਬੈਕਟੀਰੀਆ ਨਹੀਂ ਕਿਸੇ ਕੋ ਜਲਵਾਨ ਆ ਇਹ ਤੇ ਜ਼ਿੰਦਾ ਰਹਿ ਨਹੀਂ ਸਕਦੀ ਇਸ ਲੂਣਾ ਨੇ ਪਾਣੀ ਕਿਦਾਂ ਆਈਏ ਜਲਵਾ ਹੱਥਾ ਜੀ ਇੱਕ ਮੈਂ ਫੋਟੋ ਮੈਂ ਬਣਾਉਣਾ ਵੀਡੀਓ ਬਣਾ ਵੀਡੀਓ ਬਣਾ ਰਹੇ ਮਲ ਇੰਜ ਦਾ ਸੀ ਇਸ ਲੂਣਾ ਨੇ ਪਾਣੀਆਂ ਦਾ ਚਾਸ ਨਹੀਂ ਪੈਸੇ ਵਾਪਸ ਤੁਸੀਂ ਆਉਂਦੇ ਹੋ ਵੀ ਕੀੜੇ ਕੀੜੇ ਤੇ ਕਿੱਦੋਂ ਆਏ ਉਹਲਾ ਲਿਓ ਕੀੜੇ ਨੇ ਇਹੀ ਹੈ ਹੀ ਕੀੜੇ ਦੇਣਾ ਦੇ ਜਿਹੜਾ ਇਹੀ ਨਹੀਂ ਕਹਿੰਦਾ ਪਿਆ ਛਿਲਕਾ ਕਾਲੇ ਜੇ ਪਾਣੀ ਅਸੀਂ ਸਪਲਾਈ ਕਰੂ ਕਰ ਦਵਾਂ ਮਾਹੌਲ ਨਜ਼ਰ ਆਇਆ ਔਰ ਬਹੁਤ ਖਾਰਾ ਪਾਣੀ ਹੈ ਔਰ ਤੇਜ਼ ਪਾਣੀ ਹੈ ਔਰ ਅਸਾਂ ਕਿਹਾ ਚਲੋ ਪਹਿਲੇ ਰੰਗਤ ਥੋੜੀ ਜਿਹੀ ਗੋਰੀ ਹੈ ਅਸਾਂ ਕਿਹਾ ਨੂੰ ਪੈਸੇ ਰੇ ਰੱਖ ਕੇ ਤਾਂ ਹੋਰ ਗੋਰੇ ਹੋ ਜਾਈਏ ਬਾਕੀ ਰਾਤ ਜੋ ਕੋਈ ਜਿਹੜੇ ਦੇਖ ਰਹੇ ਨੂੰ ਆਹ ਮੈਨੂੰ ਇੰਜੋਏ ਕਰਨ ਨੂੰ ਬੜਾ ਸੋਹਣਾ ਮੌਸਮ ਨੇ ਹੁਣ ਇੰਨੀ ਠੰਡ ਨਹੀਂ ਬਾਕੀ ਜਨਾਬ ਪਾਣੀ ਦੇ ਕੇ ਰੋਸ਼ਨੀ ਪੈਂਦੇ ਪਾਣੀ ਕਿੰਨਾ ਮਿੱਠਾ ਪਾਣੀ ਜਨਾਬ ਬਹੁਤ ਖਾਰਾ ਪਾਣੀ ਨੇ ਔਰ ਨਮਕੀਨ ਪਾਣੀ ਨੇ ਮੈਂ ਤਾਂ ਫਿਲਹਾਲ ਭਾਈ ਜੀ ਬਹੁਤ ਇੰਜੋਏ ਕਰ ਉਹ ਸਵਾੜੀ ਉੱਡ ਗਈ ਨੇ ਜੁਰਾਬ ਛੋੜ ਕੇ ਕਿਲੋ ਲੂਣ ਤੇ ਜੁਰਾਬਾ ਵੀ ਟੋਰੀ ਗਿਆ ਨੇ ਮੈਂ ਤਾਂ ਫੁੱਲ ਇੰਜੋਏ ਕਰ ਰਹੇ ਨੇ ਪਾਣੀ ਤੋਂ ਡਰਦੇ ਨੇ ਬਾਬੂ ਲੋਕ ਥੋੜੇ ਜਿਹੇ ਜਨਾਬ ਮੈਂ ਦੇਸੀ ਜੇ ਬੰਦਾ ਨੇ ਔਰ ਮੈਂ ਤਾਂ ਇਹਨਾਂ ਚੀਜ਼ਾਂ ਬੜੇ ਸ਼ੌਕ ਨਾਲ ਜਿਹੜਾ ਪਸੰਦ ਕਰਦਾ ਠੰਡੇ ਤੱਤ 'ਚ ਗੁਜ਼ਰਨੇ ਦਾ ਇਟੰਗਾਂ ਵਿੱਚ ਕਿਉਂ ਰੱਖੇ ਨੇ ਇਟੰਗਾਂ ਜਨਾਬ ਰੱਖੀਆਂ ਕਿ ਮੈਂ ਕਿ ਜਨਾਬ ਜਿਹੜੀ ਪੁਰਾਣੀ ਮਹਿਲ ਸ਼ਹਿਰ ਹੈ ਲੈ ਵੰਜੇ ਦਾ ਖਾਰਾ ਪਾਣੀ ਲੈ ਵੈ ਸੀ ਹਾਂਜੀ ਲੈ ਵੈ ਸੀ ਭਾਜੀ ਕਾਫੀ ਵੇਖੋ ਨਾ ਤੇ ਕਿਉਂ ਨਾ ਤੁਸੀਂ ਧੋਤੀ ਬਣ ਕੇ ਵਿੱਚ ਹੋ ਵੈਂਦੇ ਹਾਂਜੀ ਮੈਂ ਧੋਤੀ ਨੇ ਧੋਤੀ ਤਿਲਾਨ ਮੈਂ ਫੁੱਲਾ ਲਿਆਂਦੀ ਵੀ ਹੈ ਪੂਰੇ ਜੁਸ ਦੇ ਮੱਲ ਲਓ ਕੱਚਾ ਕੋਛਾਂ ਚੋ ਭਾਜੀ ਵੇਖੋ ਕਿਤਨਾ ਜਨਾਬ ਮਾਹੌਲ ਬਣ ਗਿਆ ਐ ਵੇਖੋ ਮਹਿਲ ਨਹੀਂ ਮਹਿਲ ਕਿੰਝ ਪੀ ਲਾਂਦੀ ਹੈ ਅੱਲਾਹ ਵਾਲਿਆ ਸਵਾਰੀ ਤੇਜ ਮੈਂ ਮਲ ਲਾਂਦੀ ਵੇਖੋ ਵੇਖੋ ਇਹ ਅੱਲਾਹ ਵਾਲੇ ਵੇਖੋ ਮਲ ਕਿੰਝ ਲਾਈ ਸਪੱਟੀ ਇਹਦੋ ਵੇਖੋ ਐ ਵੇਖੇ ਨੇ ਤੇ ਪਾਣੀ ਦੇ ਕਮਾਲ ਹੋ ਸਭ ਭਾਈਆਂ ਸੇ ਇਲਤਜਾ ਹੈ ਕਿ ਆਪ ਆਏ ਇਧਰ ਇਹ ਦੇਖੇ ਆਪਕੇ ਸਾਹਮਣੇ ਇਹ ਜੋ ਚੀਜ਼ ਤਿਆਰ ਹੋ ਰਹੀ ਹੈ ਐ ਦੇਖੇ ਨੇ ਇਹ ਇੱਕ ਵੀਡੀਓ ਨਹੀਂ ਬਣਨੀ ਹੈ ਕੁਝ 8-9 ਵੀਡੀਓ ਬਣ ਕੋਈ ਮੁਸ਼ਕਲ ਨਹੀਂ ਜਨਾਬ ਵੀਡੀਓ ਤੁਸੀਂ ਬਣਾਇਓ ਔਰ ਇਹ ਜਨਾਬ ਲੈ ਆ ਜਾਓ ਲੈ ਸਰਬਾ ਹਾਂਜੀ ਪੀਰ ਦਿਖਾ ਰਹੇ ਜਿੱਥੇ ਦਰਬਾਰ ਸ਼ਰੀਫ ਤੋਂ ਥੋੜ੍ਹੇ ਜਿਹੇ ਜਾ ਕੇ ਰੰਗ ਸਵਾੜੇ ਇੰਜ ਮੱਲ ਲੈ ਵੈ ਸੀ ਵੀ ਭਾਈਆ ਇੱਕੋ ਰਾ ਪਾਣੀ ਇੰਜ ਹੁਣ ਮੋਬਾਈਲਾਂ 'ਚ ਵਹਿੰਦਾ ਨਹੀਂ ਪਾਣੀ ਨਹੀਂ
अंदर जाओ ना तो रोड जा रहा ना जाना ना उत्ते माइन भी रोड जा रहे इन्हें एक माइन नहीं माइन नंबर एक दो त्रै चार ਉਹ ਪਿੱਛੇ ਉਹਦੇ ਉੱਤੇ ਹੁਣ ਜਿਹੜੇ ਟਰੱਕ ਆ ਰਹੇ ਨਾ ਉੱਤੇ ਨਵਾਂ ਹੁਣ ਚਾਲੂ ਚੱਲਦੀ ਮਾਈਨ ਚੱਲਦੀ ਤਲੀ 'ਚ ਹੁਣ ਕੋਈ ਨਹੀਂ ਟਰੱਕ ਆ ਰਿਹਾ ਹੁਣ ਵੇਖਿਓ ਉਹ ਜਿਹੜੇ ਮਾਈਨ ਨੰਬਰ ਨਹੀਂ ਲਿਖਿਆ ਮਾਈਨ ਆਫਿਸ ਦਾ ਟਰੱਕ ਉਹ ਆਉਂਦਾ ਪਿਆ ਉੱਤੇ ਉਹ ਪਹਾੜ ਦੇ ਉੱਤੋਂ ਆ ਸੀ ਤੁਸੀਂ ਵੇਖਿਓ ਵੀ ਕਿੰਨਾ ਖਤਰਨਾਕ ਇੱਕ ਰਸਤਾ ਨਾ ਉੱਤੋਂ ਫਿਰ ਕੇ ਨਾ ਉਹ ਜਾਂਦਾ ਉਸੇ ਕਦੇ ਜਾ ਕੇ ਵਾ ਅਤੇ ਇਸ ਗੜੀ ਕਦੋਂ ਲੱਗ ਕੇ ਵਾਪਸ ਜਾਂਦੀ ਹੈ ਕਿਹੜੇ ਪਹਿਲਾਂ ਇਹ ਸਾਰਾ ਨਮਕ ਹੈ ਜੀ ਸਾਰੇ ਜਿਹਦੇ ਵੀ ਉਹ ਸਾਹਮਣੇ ਨਜ਼ਰ ਆ ਰਿਹਾ ਵਾਈਟ ਵਾਈਟ ਵੇਖੇ ਨੇ ਉਹ ਜ਼ੂਮ ਨਹੀਂ ਹੋ ਰਿਹਾ ਕੀ ਵਜ੍ਹਾ ਜ਼ੂਮ ਨਹੀਂ ਹੋ ਰਿਹਾ ਫੋਟੋ ਹੈ ਜੀ ਵੀਡੀਓ ਜਨਰੇਟਰ ਵੀ ਹੈ ਨੇ ਉਹ ਲੱਗੇ ਹੋਏ ਸਾਹਮਣੇ ਹਾਂ ਉਹ ਜਨਰੇਟਰ ਲੱਗੇ ਹੋਏ ਕਿਹਦੇ ਬਾਜਨ ਅੰਦਰ ਮਾਈਨਾ ਵੀ ਤੁਸੀਂ ਅੰਦਰ ਜਾ ਕੇ ਸਿਸਟਮ ਵੇਖੋ ਤਾਂ ਤੁਸੀਂ ਪਾਗਲ ਹੋ ਜਾਓ ਅੰਦਰ ਸਿਸਟਮ ਕਹਿ ਰਿਹਾ ਇੱਕ ਦੁਨੀਆ ਆਬਾਦ ਹੈ ਅਸਲ ਹੁਣ ਮੌਸਮ ਹੈ ਜਿਹਾ ਇਸ ਮੌਸਮ ਅੰਦਰ ਵਾਈ ਨਾ ਹੋ ਸਕਦੇ ਨਾ ਮੌਸਮ ਆਵਾ ਨਾ ਸਹੀ ਗਰਮੀ ਵਾਲਾ ਮੌਸਮ ਅਤੇ ਉਸ ਮੌਸਮ ਵਿੱਚ ਅੰਦਰ ਜਾਣ ਦੀ ਇਜਾਜ਼ਤ ਹੀ ਹੈ ਮਾਈਨ ਦੇ ਅੰਦਰ ਇਹ ਨਿੰਮੀ ਵਾਲਾ ਮੌਸਮ ਇਸ ਮੌਸਮ ਵਿੱਚ ਕੋਈ ਪਤਾ ਨਹੀਂ ਹੁੰਦਾ ਵੀ ਕਿਸੇ ਦਾ ਕੋਈ ਪੱਥਰ ਉੱਤੋਂ ਡਹਿ ਕੇ ਇਨਸਾਨ ਦਾ ਨੁਕਸਾਨ ਹੋ ਸਕਦਾ ਜਾਣੀ ਇਸ ਨੂੰ ਅੰਦਰ ਲੈ ਜਾਣਾ ਆ ਰਿਸਕ ਹੈ ਨਾ ਭਾਈ ਤਾਰਿਕ ਇਹ ਤੂੰ ਦੰਦ ਸਾਫ਼ ਇਤਨੇ ਜ਼ਬਰਦਸਤ ਕਸਮ ਹੋ ਤਾਂ ਅੱਲਾਹ ਲਿਓ ਮੈਂ ਪਹਿਨਾ ਵੇ ਸੀ ਸੋਨਾ ਸੋਨਾ ਮੈਂ ਆਦਾ ਸੋਨਾ ਤੁਸੀਂ ਖਾਲੀ ਮੂੰਹੇ ਰੱਖੋ ਨਾ 5 ਮਿੰਟ ਪਾਣੀ ਰੱਖਿਆ ਬਾਅਦ ਅੰਗਲੀ ਮਾਰੋ ਹੈਂ ਨਹੀਂ ਹੁੰਦਾ ਮਸਲਾ ਤੇ ਨਿੱਕਾ ਜੀ ਕੱਖ ਜੇ ਇਹ ਉੱਤੇ ਰਗੜੋ ਮਜ਼ਾਕ ਨਹੀਂ ਕਸਮ ਇਤਨੇ ਜ਼ਬਰਦਸਤ ਬਾਈਟ ਹੋ ਗਏ ਸਨ ਸੋਨ ਇਸ ਪਾਣੀ ਮੈਂ ਸੋਨ ਇਤਨਾ ਮਿਹਨਤ ਨਾਲ ਇਸ ਇਲਾਕੇ ਲੈ ਕੇ ਆਇਆ ਤੁਸੀਂ ਕੋਈ ਨੇ ਨਖਰ ਕਰ ਇੰਜ ਹੈ ਸਹੀ ਹੈ ਐ ਵੇਖ ਹੈ ਹੁਣ ਆਇਓ ਨਾ ਜਾਈਏ ਤੇ ਤੁਸੀਂ 5 ਮਿੰਟ ਬਾਅਦ ਦੱਸੇ ਵੀ ਦੰਦ ਬਿਲਕੁਲ ਸ਼ੀਸ਼ੇਰ ਹੋ ਗਏ ਸਨ ਮੇਰੇ ਦੰਦ ਇੰਨੇ ਚਿੱਟੇ ਕਿਉਂ ਨਾ ਮੈਥੀ ਆਣ ਕੇ ਰਗੜੇ ਨਾ ਮਜ਼ਾਕ ਨਹੀਂ ਗੈਲਣ ਮੈਂ ਵੀ ਰੱਖਿਆ ਵਾ 20 ਲੀਟਰ ਵਾਲਾ ਤੁਸੀਂ ਇਸ ਪਾਣੀ ਨੂੰ ਮੈਂ ਗਾ ਸੁਣੋ ਬਾਜਨ ਇਸ ਪਾਣੀ ਦੀ ਇੱਕ ਹੋਰ ਖਸੂਸੀਅਤ ਤੁਸੀਂ ਇਸ ਪਾਣੀ ਨੂੰ ਘਰ ਲੈ ਜਾਓ 20 ਜਿਹੜੇ 20 ਲੀਟਰ ਵਾਲਾ ਕਹਿਣ ਹੈ ਸਾਨੂੰ ਨਮਕ ਪਾਣੀ ਦੀ ਜ਼ਰੂਰਤ ਨਹੀਂ ਇੱਕ ਗਿਲਾਸ ਪਾਣੀ ਦੇ ਵਿੱਚ ਪਾ ਦਿਓ ਤੁਸੀਂ ਹਾਂਡੀ ਬਣਾ ਲਓ ਤੁਸੀਂ ਵੇਖੋ ਵੀ ਜਿੰਨਾ ਬੋਲਾ ਲਿਓ ਇਸ ਪਾਣੀ ਨੇ ਜਿਹੜਾ ਗੋਸ਼ਤ ਗਲਦਾ ਨਾ ਗੋਸ਼ਤ ਤੁਸੀਂ ਕਦੋਂ ਪਕਾਵੇ ਦਾ ਇੱਕ ਸਪੈਸ਼ਲ ਡਿਸ਼ ਬਣਦੀ ਹੈ ਦੁੰਬੇ ਹਾਂਡੀ ਬਣਦੀ ਹੈ ਸੁਣ ਇਸ ਪਾਣੀ ਦੀ ਕਦਰ ਕੀ ਪਤਾ ਸਪੈਸ਼ਲ 20 ਕਿਲੋ ਲੈ ਜਾਓ ਦੁੰਬੇ ਦਾ ਗੋਸ਼ਤ ਬੱਕਰੇ ਦਾ ਗੋਸ਼ਤ ਜਾਂ ਕਿਸੇ ਚੀਜ਼ ਦਾ ਗੋਸ਼ਤ ਇਸ ਵਿੱਚ ਪਕਾਓ ਜਿਹੜਾ ਬੁੱਢੇ ਤੋਂ ਬੁੱਢਾ ਗੋਸ਼ਤ ਤੁਸੀਂ ਇਸ ਘੰਟੇ ਵਿੱਚ ਅੱਧੇ ਘੰਟੇ 'ਚ ਗਲ ਜਾਤੀ ਜਿਸਦੇ ਘਰ ਮਹਿਮਾਨ ਦੀ ਆਮਦੋ ਰਫਤ ਹੋਵੇ ਜਲਦੀ ਗੋਸ਼ਤ ਬਣਾਉਣਾ ਹੋਵੇ ਵੱਡਾ ਇਹ ਗਿਲਾਸ ਪਾਣੀ ਦੇ ਵਿੱਚ ਪਾ ਦਿਓ ਦਸਤੀ ਗੋਸ਼ਤ ਕਰ ਜਾ ਸੀ ਤੁਸੀਂ ਮਜ਼ਾਕ ਸਮਝ ਰਹੇ ਹੋ ਦੇਖੋ ਨਾ ਖਾਲੀ ਲੂਣ ਵੱਟਿਆ ਨਾ ਲੂਣ ਵੇਖੋ ਰੁਲ ਪਈ ਵੀ ਲੂਣਾਂ ਦੀ ਲੋਕ ਦੁਨੀਆ ਤਰਸਦੀ ਤੁਸੀਂ ਅਮੈਰੀਕਾ ਜਾਓ ਉਹਨੂੰ ਤੁਹਾਨੂੰ ਪਤਾ ਕਰੋ ਵੀ ਕਿਸ ਤਰ੍ਹਾਂ ਡਾਲ ਨਮਕ ਜਿਹੜਾ ਆਈ ਹੈ ਨਾ ਨਮਕ ਜਿਹੜਾ ਉੱਥੇ ਸਮੁੰਦਰੀ ਨਮਕ ਉਹ ਰੱਦੀ ਤਰੀਨ ਨਮਕ ਕਿੰਨੇ ਨੇ ਮਿਲਦਾ ਪੈਕਟ ਉਸ ਤੇ ਗੁਜ਼ਾਰਾ ਕਰਦੇ ਹਾਂਜੀ ਇੱਥੇ ਸਾਡੇ ਕੋਲ ਕਿਹੜੀ ਚੀਜ਼ ਹੈ ਜਿਹੜੀ ਨਹੀਂ ਜੋੜ ਹੈ ਹਾਂਜੀ ਮਸ਼ੀਨੀ ਜੋੜ ਲੱਗਿਆ ਗਿਲਾਸ ਚਾਹੁੰਦਾ ਪਾਣੀ ਪੀਓ ਅੱਧਾ ਗਿਲਾਸ ਪਾਣੀ ਪੀ ਲਓ ਬਾਜਰ ਮੈਦਾ ਵਾਸ਼ ਬੰਦਾ ਵੀ ਵਾਸ਼ ਹੋ ਰਿਹਾ ਮੈਂ ਪੀਣਾ ਛੋੜੋ ਇਹ ਨਾ ਮੈਂ ਸੁਣ ਮੈਂ ਹੁਣ ਬਲੱਡ ਪ੍ਰੈਸ਼ਰ ਦਾ ਮਰੀਜ਼ ਵੀ ਆਣ ਲਈ ਕਰਵਾ ਦੇ ਪੀਸ ਛੋੜ ਸਾਂ ਬਾਜਰ ਹੀ ਪਹਿਲੇ ਵੀ ਕੀੜੇ ਅੱਲਾ ਨੇ ਇਤਨਾ ਕੀੜਾ ਤਾਂ ਕੀ ਮੈਂ ਦੇਖ ਰਿਹਾ ਹੈ ਆਪ ਸੁਣ ਸੁਣ ਆ ਭੈਣ ਜਨਾਬ ਜੀ ਪ੍ਰੂਫ ਦੇਣ ਲੱਗੇ
before and after. आवाज़ सुनी ने? हाँ, कैच कैच होनी है। कैच होनी है ना? आंधे पे। तो को ये पान सारा उड़ बैठा है चोर। तुझे आवाज़ सुनी चाहिए ना बाबा। हैं? 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 आवाज़ होनी है। उन तो से उड़ पानी में पी रहा पेड़ साफ। ਆਸ਼ਾ ਤੋੜ ਵਾਈ ਹੈਲੋ ਹੈਲੋ ਮਾਈ ਨੰਬਰ ਜਿਹੜਾ ਤੁਸੀਂ ਤੇ ਮਾਲੂਮਾਤ ਰੱਖਦੇ ਹੋ ਨਾ ਥੋੜੀ ਮਾਲੂਮਾਤ ਦੇ ਸੋ ਪਿਆਰੀ ਜੀ ਠੀਕ ਹੈ ਸਾਡਾ ਆਪਣਾ ਚੈਨਲ ਹੈ ਨਾ ਇੱਥੋਂ ਨਾ ਚਲੋ ਠੀਕ ਹੈ ਕੋਈ ਨਹੀਂ ਬਾਰਾ ਲੈ ਜਾਣਾ ਵੀ ਉਹ ਦੋ ਮਿੰਟ ਸਬਰ ਕਰੋ ਮਾਲੂਮਾਤ ਨਾਲ ਨਾਲ ਦੇ ਸੋ ਨਾ ਤੁਹਾਡਾ ਕਹਿੰਦਾ ਚੈਨਲ ਆ ਇਹ ਚੈਨਲ ਸਾਡਾ